ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਕਲਾਸ 7ਵੀਂ ਵਾਲਿਆਂ ਦਾ ਸਾਇੰਸ ਸਾਇੰਸ ਵਿਸ਼ੇ ਦਾ ਪੇਪਰ ਨਵੰਬਰ-ਦਸੰਬਰ ਜਿਹੜੇ ਕਿ ਤੁਹਾਡੇ ਬਾਇਓ ਮੰਥਲੀ ਪੇਪਰ ਹੋਣ ਜਾ ਰਹੇ ਨੇ ਉਹਨਾਂ ਦਾ ਬਹੁਤ ਇੰਪੋਰਟੈਂਟ ਕੁਸ਼ਨ ਪੇਪਰ ਹੈ ਉਹ ਦੇਖਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਰੇਕ ਕੁਸ਼ਨ ਬਹੁਤ ਇੰਪੋਰਟੈਂਟ ਹੈ ਜੇਕਰ ਤੁਸੀਂ 35 ਚੋਂ 35 ਨੰਬਰ ਲੈਣੇ ਨੇ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਫਰਸਟ ਹੈਗਾ ਕਿਸੇ ਵਸਤੂ ਦੀ ਗਰਮੀ ਦਾ درجہ ਉਸ ਦੇ ਡੈਸ਼ ਦੁਆਰਾ ਮਾਪਿਆ ਜਾਂਦਾ ਹੈ ਦਾ ਉਹਦੇ ਤਾਪਮਾਨ ਦੁਆਰਾ ਮਾਪਿਆ ਜਾਂਦਾ ਹੈ ਹਵਾ ਤਾਪ ਦੀ ਤਾਪ ਦਾ ਸੂਚਕ ਹੈ ਠੀਕ ਹੈ ਇਦਾਂ ਤੁਸੀਂ ਸਾਰੇ ਕੁਸ਼ਚਨ ਜਿਹੜੇ ਕਿ ਬਹੁਤ ਧਿਆਨ ਨਾਲ ਕਰਨੇ ਨੇ ਪਰਿਵਰਤਨ ਜਿਸ ਅਜਿਹਾ ਨਾਲ ਨਵਾਂ ਪਦਾਰਥ ਬਣਦਾ ਹੈ ਉਹਨਾਂ ਨੂੰ ਡੈਸ਼ ਪਰਿਵਰਤਨ ਕਿਹਾ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਵੇਂ ਦੇ ਜਿਹੜੇ ਕਿ ਕੁਸ਼ਚਨ ਇੰਪੋਰਟੈਂਟ ਨੇ ਪ੍ਰਿਜ਼ਮ ਸਫੇਦ ਪ੍ਰਕਾਸ਼ ਨੂੰ ਸੱਤ ਰੰਗਾਂ ਵਿੱਚ ਵੱਖ ਕਰ ਦਿੰਦਾ ਹੈ ਡੈਸ਼ ਦਰਪਨ ਦੁਆਰਾ ਬਣਾਏ ਗਏ ਪ੍ਰਤਿਬਿੰਬ ਦਾ ਆਕਾਰ ਵਸਤੂ ਦੇ ਬਰਾਬਰ ਹੁੰਦਾ ਹੈ ਅਗੇ ਨੈਕਸਟ ਹੈਗਾ ਅਫਤਰ ਲੈਂਸ ਹਮੇਸ਼ਾ ਵਸਤੂ ਦਾ ਕਿਹੋ ਜਿਹਾ ਪ੍ਰਤਿਮ ਬਣਾਉਂਦਾ ਹੈ? ਵਾਸਤਵਿਕ ਅਤੇ ਛੋਟਾ ਆਭਾਸ ਅਤੇ ਵੱਡਾ ਵਾਸਤਵਿਕ ਅਤੇ ਵੱਡਾ ਜਾਂ ਆਭਾਸ ਅਤੇ ਛੋਟਾ। ਅਗੇ ਸਫੇਦ ਪ੍ਰਕਾਸ਼ ਦੇ ਕਿਸੇ ਪ੍ਰਿਜ਼ਮ ਵਿੱਚੋਂ ਲੰਘ ਕੇ ਸੱਤ ਰੰਗਾਂ ਵਿੱਚ ਵੱਖ ਹੋਣ ਦੀ ਕਿਰਿਆ ਨੂੰ ਕੀ ਆਖਦੇ ਹਨ? ਪ੍ਰਕਾਸ਼ ਦਾ ਪਰਵਰਤਨ, ਪ੍ਰਕਾਸ਼ ਦਾ अपवर्तन, ਪ੍ਰਕਾਸ਼ ਦਾ ਮੋੜ ਪ੍ਰਕਾਸ਼ ਦਾ ਮੋੜ ਦਾ ਮੋੜਨਾ, ਪ੍ਰਕਾਸ਼ ਦਾ ਵਰਖਣ ਪਖੇਪਣ। ਅਗੇ ਜੰਗ ਦੀ ਰੋਕਮਤਾਂ ਲਈ ਅਸੀਂ ਵਰਤੋਂ ਕਰਦੇ ਹਾਂ ਤੇਲਿਆ ਗਰਮੀ ਲਗਾ ਕੇ ਮਲਮਕਰਨ ਪੇਂਟ ਕਰਕੇ ਉਪਰੋਕਤ ਸਾਰੇ ਨੈਕਸਟ ਹੈਗਾ ਰਸਾਇਣਿਕ ਪਰਵਰਤਨਾ ਦੀ ਕੀ ਉਦਾਹਰਨ ਹੈ ਜਵਾਲਾਮੁਖੀ ਦਾ ਪਟਨਾ ਮੋਮਬਤੀ ਦਾ ਜਲਨਾ ਭੋਜਨ ਪਕਾਉਣਾ ਉਪਰੋਕਤ ਸਾਰੇ ਅਗੇ ਮਨੋੱਖੀ ਸਰੀਰ ਦਾ ਉਸ ਤਾਪਮਾਨ 100 ਡਿਗਰੀ 0 ਡਿਗਰੀ ਜਾਂ 37 ਡਿਗਰੀ ਹੈ 98 ਡਿਗਰੀ ਤਾਂ ਠੀਕ ਹੈ ਤਾਂ ਅੱਗੇ ਨੈਕਸਟ ਦੇਖਦੇ ਆ ਕਿਹੜੇ ਕਿਹੜੇ ਜਿਹੜੇ ਸਹੀ ਗਲਤ ਇੰਪੋਰਟੈਂਟ ਆ ਸਕਦੇ ਨੇ ਤਾਤਾ ਤਾਪ ਦੀਆਂ ਕੁਚਾਲਕ ਹੁੰਦੀਆਂ ਹਨ ਅਗੇ ਸਾਨੂੰ ਸੂਰਜ ਤੋਂ ਤਾਪ ਵਿਕਰਨ ਰਾਂਹੀ ਮਿਲਦਾ ਹੈ ਇੱਕ ਲੈਂਸ ਵਿੱਚ ਪ੍ਰਕਾਸ਼ ਦਾ ਪਰਵਰਤਨ ਹੁੰਦਾ ਹੈ ਲੋਹੇ ਅਤੇ ਜੰਗਾਰ ਇੱਕੋ ਤਰ੍ਹਾਂ ਦੇ ਪਦਾਰਥ ਹਨ ਠੀਕ ਹੈ ਨੈਕਸਟ ਹੈਗਾ ਭਾਗ ਐਡਾ ਚਾਲਕ ਅਤੇ ਰੋਧਕ ਕੀ ਹੁੰਦੇ ਹਨ ਇਹ ਦੋਨੇ ਦੱਸਣੇ ਨੇ ਤੁਸੀਂ ਉਸ ਤੋਂ ਅਸੀਂ ਸਰਦੀਆਂ ਵਿੱਚ ਗੂੜੇ ਅਤੇ ਗਰਮੀਆਂ ਵਿੱਚ ਹਲਕੇ ਰੰਗ ਦੇ ਕੱਪੜੇ ਕਿਉਂ ਬੰਨਦੇ ਹਨ ਅਗੇ ਨੈਕਸਟ ਹੈਗਾ ਮੁਰੰਮ ਕਰਨ ਕੀ ਹੈ ਲੋਹੇ ਦੀਆਂ ਵਸਤੂਆਂ ਨੂੰ ਅਕਸਰ ਕਿਉਂ ਪੇਂਟ ਕਰ ਕੀਤਾ ਜਾਂਦਾ ਹੈ ਉੱਤਰ ਲੈਂਸ ਕਿਹੜੇ ਅੰਤਰ ਵਿੱਚ ਵਰਤਿਆ ਜਾਂਦਾ ਹੈ? ਨੈਕਸਟ ਭਾਗ ਈੜੀ ਅਵਤਲ ਦਰਪਨ ਦੇ ਦੋ ਉਪਯੋਗ ਲਿਖੋ। ਚੂਨੇ ਦੇ ਪਾਣੀ ਵਿੱਚ ਕਾਰਬਨ ਡਾਈਆਕਸਾਈਡ ਲਗਾਉਣ ਤੇ ਕੀ ਵਾਪਰਦਾ ਹੈ? ਅੱਗੇ ਵਿਆਖਿਆ ਕਰੋ ਲੱਕੜ ਦਾ ਕੱਟਣਾ ਅਤੇ ਜਲਣਾ ਅਲੱਗ-ਅਲੱਗ ਪ੍ਰਕਾਰ ਦੇ ਪਰਿਵਰਤਨ ਹਨ। ਅੱਗੇ ਭਾਗ ਅਸਸਾ ਹੈਗਾ ਹੇਠ ਦਿੱਤੇ ਗਏ ਦੋ ਪ੍ਰਸ਼ਨਾਂ ਵਿੱਚੋਂ ਇੱਕ ਕਰਨਾ ਹੈ। ਰਸਾਇਣਿਕ ਅਤੇ ਭੌਤਿਕ ਪਰਿਵਰਤਨ ਕੀ ਹੁੰਦੇ ਹਨ? ਰਸਾਇਣਿਕ ਅਤੇ ਭੌਤਿਕ ਪਰਿਵਰਤਨ ਵਿੱਚ ਅੰਤਰ ਲਿਖੋ। ਯਾ ਤਾਪ ਸੰਚਾਰ ਦੇ ਵੱਖ-ਵੱਖ ਢੰਗ ਕਿਹੜੇ ਹਨ সমতল ਦਰਪਣ ਦੁਆਰਾ ਬਣਾਏ ਗਏ ਪ੍ਰਤਿਮਬ ਦੇ ਲੱਛਣ ਬਾਰੇ ਦੱਸੋ ਤਾਂ ਬੱਚੇ ਤੁਸੀਂ ਦੇਖ ਸਕਦੇ ਸੀ ਇਹ ਸਾਰਾ ਪੇਪਰ ਇੰਪੋਰਟੈਂਟ ਸੀਗਾ ਸਾਇੰਸ ਦਾ 7th ਕਲਾਸ ਵੜਾਂ ਦਾ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ